नमस्कार, चमकदे सितारे प्रोग्राम तुहाडा स्वागत है। मैं हाँ दविंदर वर्मा। डेट ऑफ बर्थ ते टाइम तुरंत तुहाडी समस्या का हल। हैलो, जदों किसी की फोन कॉल लगती टीवी की वॉल्यूम घट रखनी, टीवी तो दूर रहना। जिन्ने भैन भरा साडा प्रोग्राम सुन रहे है, देख रहे हैं। हैलो, मैं कह जी राम राम जी। राम राम जी। 14/7/1979 14/7 1979 1969 हाँ जी, जन्म दा वीर जी। टाइम 4:50 तो 5:50 दे विच है। शाम दा जी। हाँ जी हाँ जी, की पूछना जी? अच्छे अच्छे काम कर रहे हैं। ਕਿਹੜੀ ਜਗ੍ਹਾ ਤੋਂ ਬੋਲਦੇ ਹੋ ਲੁਧਿਆਣੇ ਬੋਲ ਵੀਰ ਜੀ? ਇਹਨਾਂ ਦਾ ਕੰਮ ਸ਼ੁਰੂ ਤੋਂ ਹੀ ਇਦਾਂ ਦਾ ਰਿਹਾ ਹੈ। ਜਦੋਂ ਕੋਈ ਖੁਸ਼ੀ ਮਨਾ ਲੈਂਦੇ ਉਦੋਂ ਨੁਕਸਾਨ ਹੋ ਜਾਂਦਾ, ਵਿੱਚੋਂ ਠੀਕ ਹੋ ਜਾਂਦਾ ਹੈ। ਇੱਕ ਤਾਂ ਕੰਮ ਕੀ ਕਰਦੇ ਹੈ? ਹੋਜਰੀ ਦਾ ਕੰਮ ਕਰਦਾ। ਹੋਜਰੀ ਦਾ। ਇਹ ਤੁਹਾਡੀ ਹੈ ਡੇਟ ਆਫ ਬਰਥ? ਹਾਂਜੀ 2015 ਦੇ ਅਪ੍ਰੈਲ ਤੋਂ ਬਾਅਦ ਜ਼ਿਆਦਾ ਨੁਕਸਾਨ ਹੋ ਰਿਹਾ। ਹਾਂਜੀ ਠੀਕ ਹੈ ਜੀ। ਤੁਸੀਂ ਕੋਈ ਖੁਸ਼ ਨਹੀਂ ਮਨਾਣੀ, ਨਹਾਉਣਾ ਜ਼ਿਆਦਾ ਹੈ। ਠੀਕ ਹੈ ਜੀ। ਪਰਫਿਊਮ ਲਗਾਉਣਾ ਹੈ, ਸੱਤ ਪੀਸ ਤਾਂਬੇ ਦੇ ਐ ਤੁਹਾਨੂੰ ਜ਼ਮੀਨ 'ਚ ਦਬਣੇ ਹੈ। ਫੈਕਟਰੀ ਘਰ ਜਿੱਥੇ ਤੇ ਤੁਸੀਂ ਆਪਦਾ ਕੁਝ ਖਰੀਦਿਆ ਹੋਇਆ ਉਹਦਾ ਬਨੇਰਾ ਤੇ ਥੜੀ ਠੀਕ ਹੋਵੇ। ਠੀਕ ਹੈ ਜੀ। ਠੀਕ ਹੈ ਜੀ। ਇੱਕ ਵਾਰੀ ਆ ਕੇ ਜਦੋਂ ਟਾਈਮ ਲੱਗੇ ਵਿੱਚੋਂ ਮਿਲਿਓ। ਹਨੂੰਮਾਨ ਦੀ ਮੂਰਤੀ ਤੇ ਚਮੇਲੀ ਦਾ ਤੇਲ, ਸੰਦੂਰ ਤੇ ਮਿੱਠਾ ਪਾਨ ਚੜਾਉਣਾ। ਆ ਮੇਰੇ ਕਰਜੇ ਕੱਤਲ ਉਧਰ ਜਾਣਗੇ ਵੀਰ ਜੀ, ਮੈਨੂੰ ਆਣ ਕੇ ਮਿਲੋ। ਮਈ ਤੋਂ ਬਾਅਦ ਤੁਹਾਡਾ ਬਣਾ ਦੂੰਗਾ, ਪਰ ਮਈ ਤੋਂ ਬਾਅਦ ਤੁਹਾਡੀ ਸਿਹਤ ਨਾ ਖਰਾਬ ਹੋਵੇ। ਠੀਕ ਹੈ ਜੀ। ਦੁਬਾਰਾ ਫਿਰ ਹੋਊਗੀ ਜੀ ਮਈ ਦੇ ਵਿੱਚ। ਠੀਕ ਹੈ ਜੀ। 17 ਮਈ ਤੋਂ ਬਾਅਦ ਹੋਊਗੀ। ਜੈ ਸ਼੍ਰੀ ਰਾਮ। ਹੈਲੋ। ਹਾਂਜੀ ਜੈ ਸ਼੍ਰੀ ਰਾਮ। ਜੈ ਸ਼੍ਰੀ ਰਾਮ ਜੀ। ਡੇਟ ਆਫ ਟਾਈਮ ਬੋਲੋ। 2/11/1973 2/11/1973 ਹਾਂਜੀ ਲੁਧਿਆਣੇ ਦਾ ਸਵੇਰ ਇਦਾਂ ਟਾਈਮ ਆ 10:10 10:10 ਸਵੇਰ ਦੇ ਜੀ। ਹਾਂਜੀ ਹਾਂਜੀ, ਕੀ ਪੁੱਛਣਾ ਜੀ? ਜੀ ਸਾਡਾ ਇਹਨਾਂ ਦੀ ਨਾ ਕੋਈ ਤਰੱਕੀ ਹੋ ਰਹੀ ਹੈ, ਲੈਬੋਰਟਰੀ ਚ ਲੱਗੇ ਹੋਏ ਨੇ ਅੱਛਾ, ਤੇ ਨਾ ਹੀ ਕੋਈ ਸਾਡਾ ਮਕਾਨ ਮਕੂਨ ਦਾ ਹਜੇ। ਕਿਹੜੀ ਜਗ੍ਹਾ ਤੋਂ ਬੋਲਦੇ ਹੋ? ਲੁਧਿਆਣੇ ਤੋਂ ਜੀ। ਕਿਹੜੀ ਜਗ੍ਹਾ ਰਹਿੰਦੇ ਹੋ? ਚਿਮਲਾਪੁਰੀ। ਕੋਈ ਖੁਸ਼ੀ ਨਹੀਂ ਮਨਾਣੀ। ਅੱਛਾ ਜੀ। ਬਨੇਰੇ ਥੜੀਆਂ ਠੀਕ ਰੱਖਣੀਆਂ। ਅੱਛਾ ਜੀ। ਜਲਦੀ ਉੱਠਣਾ, ਬਗੈਰ ਜੋੜ ਤੋਂ ਚਾਂਦੀ ਦਾ ਕੜਾ ਪਾਣਾ, ਕਿਸੇ ਨਾਲ ਬਹਿਸ ਨਾ ਨਹੀਂ ਹੋ। ਹਾਂਜੀ। ਦਰਸਲ ਪਤਾ ਕੀ ਹੁੰਦਾ ਜੀ, ਕੋਈ ਵੀ ਕੰਮ ਕਰਨਾ ਹੈ ਹਾਂਜੀ ਉਸ ਬੰਦੇ 'ਚ ਆਪਦੇ ਆਪ 'ਚ ਹੋਣਾ ਚਾਹੀਦਾ, ਮੈਂ ਆਹ ਕੰਮ ਆਹ ਕਰਨਾ ਹੈ। ਹਾਂਜੀ ਠੀਕ ਹੈ ਜੀ। ਦੂਸਰੇ ਨੰਬਰ 'ਤੇ ਹੁਣ ਜਿਹੜਾ ਟਾਈਮ ਹੈ, ਕੁਛ ਜ਼ਿਆਦਾ ਅੱਛਾ ਨਹੀਂ ਸ਼ੁਰੂ ਹੋਣਾ 10-15 ਦਿਨਾਂ ਬਾਅਦ ਇਹਨਾਂ ਦਾ। ਹਾਂਜੀ। ਉਦੋਂ ਤੁਹਾਨੂੰ ਇੱਕ ਵਾਰੀ ਆ ਕੇ ਮਿਲਣਾ ਪੈਣਾ, ਸਿਹਤ ਵੀ ਖਰਾਬ ਰਹੂਗੀ। ਅੱਛਾ ਜੀ। ਤੇ ਟੈਨਸ਼ਨ ਵੀ ਕ੍ਰੀਏਟ ਹੋਊਗੀ। ਅੱਛਾ ਜੀ। ਤੇ ਕਿਸੇ ਲਾਂਭੇ ਤੋਂ ਬਚ ਕੇ ਰਹਿਣਾ, ਪਰਾਈ ਲੇਡੀਜ਼ ਤੋਂ ਦੂਰ ਰਹਿਣਾ। ਠੀਕ ਹੈ ਜੀ। ਜੈ ਸ਼੍ਰੀ ਰਾਮ। ਹਾਂਜੀ ਹਾਂਜੀ ਵੀਰ ਜੀ। ਡੇਟ ਆਫ ਟਾਈਮ ਬੋਲੋ। 3/12/1987 3/12/1987 ਜਨਮ ਦਾ ਟਾਈਮ 12:10 ਤੇ ਦੁਪਹਿਰ ਦੇ 12:10 ਦੁਪਹਿਰ ਦੇ ਹਾਂਜੀ ਹਾਂਜੀ, ਕੀ ਪੁੱਛਣਾ ਚਾਹੁੰਦੇ ਹੋ ਜੀ? ਕਿਹੜੀ ਜਗ੍ਹਾ ਤੋਂ ਬੋਲਦੇ ਹੋ? ਲੁਧਿਆਣੇ ਤੋਂ ਜੀ। ਕੀ ਕਰਦੇ, ਕੀ ਹੋ? ਹਲੇ ਤਾਂ ਜੀ ਪਹਿਲਾਂ ਮਾਰਕੀਟਿੰਗ ਕਰਦਾ ਸੀਗਾ, ਹੁਣ ਉਹ ਵੀ ਜੋਬ ਛੁੱਟ ਚੁੱਕੀ ਹੋਈ ਹੈ, 2-3 ਮਹੀਨੇ ਹੋ ਗਏ ਜੀ। ਦੇਖੋ ਵੀਰ ਜੀ, ਟਾਈਮ ਤਾਂ ਤੁਹਾਡਾ 2017 ਤੋਂ ਹੀ ਮਾੜਾ ਸ਼ੁਰੂ ਹੋਇਆ ਹੋਇਆ। ਹਾਂਜੀ ਹਾਂਜੀ। ਰੱਜ ਕੇ ਹਾਂਜੀ, ਤੇ ਅੱਗੇ ਕੋਈ ਨੇੜੇ ਤੇੜੇ ਰਸਤਾ ਨਜ਼ਰ ਨਹੀਂ ਆਉਂਦਾ ਵੀ ਕੀ ਕਰੀਏ। ਹਾਂਜੀ ਵੀ ਇਹ ਹੋਵੇ ਵੀ ਮਹੀਨੇ ਤੱਕ, 2 ਮਹੀਨੇ ਤੱਕ, 6 ਮਹੀਨੇ ਤੱਕ ਕੋਈ ਸਹੀ ਟਾਈਮ ਆ ਜਾਏ ਨਾ। ਹਾਂਜੀ। ਤੁਸੀਂ ਮੈਨੂੰ ਆਣ ਕੇ ਮਿਲਣਾ ਜ਼ਰੂਰ ਹੈ। ਠੀਕ ਹੈ ਜੀ। ਸਾਰੇ ਕੰਮ ਛੱਡ ਕੇ ਇੱਕ ਜਦੋਂ ਘਰੇ ਹੋਵੋ ਤੁਹਾਡੇ ਹੱਥ 'ਚ ਝਾੜੂ ਜ਼ਿਆਦਾ ਹੋਵੇ, ਜਿੰਨੀ ਸਫਾਈ ਤੁਸੀਂ ਕਰੋਗੇ ਚੰਗੇ ਰਹੋਗੇ। ਠੀਕ ਹੈ ਜੀ। ਕੱਚਾ ਦੁੱਧ ਸਵੇਰੇ ਬੁਰਸ਼ ਕਰਕੇ ਕੱਚੇ ਦੁੱਧ ਦੀਆਂ 2-3 ਘੁੱਟਾਂ ਭਰਨੀਆਂ। ਠੀਕ ਹੈ ਜੀ।
ਰੋਟੀ ਜਿੱਥੇ ਬੰਦੀ ਬੈਠ ਕੇ ਖਾਣੀ, ਮੂਲੀਆਂ ਜ਼ਿਆਦਾ ਖਾਣੀਆਂ ਤੇ ਮੂਲੀਆਂ ਸ਼ੁਕਰ ਰੱਖ ਕੇ ਸ਼ਨੀਵਾਰ ਨੂੰ ਧਾਰਮਿਕ ਸਥਾਨ ਤੇ ਦਾਨ ਦੇਣੀਆਂ। ਠੀਕ ਹੈ ਜੀ, ਅੱਜ ਲਿਆ ਕੇ ਰੱਖ ਲਓ। ਠੀਕ ਹੈ ਜੀ, ਠੀਕ ਹੈ ਜੀ, ਇਹ ਅਪਾਏ ਹੋ ਗਏ, ਆ ਕੇ ਮੈਨੂੰ ਤੁਸੀਂ ਮਿਲਣਾ ਠੀਕ ਹੈ ਤੇ ਚਾਵਲ ਕੱਚੇ ਦੁੱਧ ਚ ਛਾਵੇਂ ਸੁਕਾ ਕੇ ਆਪਦੇ ਕੋਲੇ ਜ਼ਰੂਰ ਰੱਖਣੇ ਆ। ਠੀਕ ਹੈ ਜੀ, ਜੈ ਸ਼੍ਰੀ ਅਕਾਲ। ਥੈਂਕ ਯੂ। ਹੈਲੋ, ਹੈਲੋ, ਹਾਂਜੀ, ਡੇਟ ਔਫ ਟਾਈਮ ਬੋਲੋ। ਹਾਂਜੀ, 8 ਜੂਨ 1992। 8 ਜੂਨ 1992। ਹਾਂਜੀ, ਜਨਮ ਦਾ ਟਾਈਮ? ਹਾਂਜੀ, 9:20 ਰਾਤ ਦੇ। 9:20 ਰਾਤ ਦੇ। ਹਾਂਜੀ ਹਾਂਜੀ, ਕੀ ਪੁੱਛਣਾ ਜੀ? ਹਾਂਜੀ, ਦੇਖੋ ਜੀ, ਕਾਲੇ ਮਾਂ ਧਾਰਮਿਕ ਸਥਾਨ ਤੇ ਦਾਨ ਦੇਣੇ, ਕਾਂ ਨੂੰ ਰੋਟੀ ਪਾਣੀ ਲੋਹੇ ਦਾ ਕੜਾ ਪਾਣਾ। ਠੀਕ ਹੈ, ਹਿੰਮਤ ਨਾ ਹਾਰੇ, ਭੱਜ ਨੱਠ ਕਰੋ। ਆਪਣੇ ਕੋਲੇ 10ਵੇਂ ਮਹੀਨੇ ਤੱਕ ਟਾਈਮ ਨੌਕਰੀ ਦਾ ਹਲੇ ਹੈ, ਹੈ ਤਾਂ 2022 ਤੱਕ, ਪਰ 10 ਵਧੀਆ। ਠੀਕ ਹੈ ਜੀ, ਹਿੰਮਤ ਨਾ ਹਾਰੋ, ਜੈ ਸ਼੍ਰੀ ਰਾਮ। ਹੈਲੋ, 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 ਟਾਈਮ ਡੇਟ ਤਾਂ ਪਤਾ ਨੀ ਜੀ, ਟਾਈਮ। ਚਲੋ ਜੀ, ਦੂਜਾ ਫੋਨ ਲੈ ਲਓ, ਨਹੀਂ ਪਤਾ ਕੁਛ ਤਾਂ, ਐਸ਼ ਕਰਨ। ਹੈਲੋ, ਹੈਲੋ, ਹਾਂਜੀ ਵੀਰ ਜੀ, ਡੇਟ ਔਫ ਟਾਈਮ ਬੋਲੋ। ਚੰਨੀ ਸਿੰਘ ਬੋਲਦਾ ਸਰ ਜੀ, 18 ਫਰਵਰੀ 1976। ਇੱਕ ਮਿੰਟ ਜੀ, 18 ਫਰਵਰੀ ਹਾਂਜੀ 1976, 76। ਜਨਮ ਦਾ ਟਾਈਮ? ਅੱਛਾ, 7:45 ਸ਼ਾਮ ਦੇ। 7:45 ਜੀ ਸ਼ਾਮ ਦੇ। ਹਾਂਜੀ, ਕੀ ਪੁੱਛਣਾ ਜੀ? ਸਰ ਜੀ, ਇੱਕ ਤਾਂ ਕੰਮ ਕਾਰ ਨੀ ਮਿਲਦਾ, ਜੋਬ ਲੱਗੀ ਸੀ ਤੇ ਉਹ ਹੁਣ ਚਲੇ ਗਈ ਹੈ ਤੇ ਕੰਮ ਕਾਰ ਹੁਣ ਕੋਈ ਮਿਲਦਾ ਨੀ, ਤੇ ਪਰਿਵਾਰ ਵੀ ਥੋੜੀ ਪਰੇਸ਼ਾਨੀ ਚ। ਕਿਹੜੀ ਜਗ੍ਹਾ ਤੋਂ ਬੋਲਦੇ ਹੋ? ਸਰ ਬਿੜਕੇ ਤੋਂ। ਕੰਮ ਕੀ ਕਰਦੇ ਹੋ? ਸਰ ਸਿਵਲ ਦਾ ਕੰਮ ਕਰਦੇ ਹਾਂ ਜੀ। ਹਾਂਜੀ, ਸਿਵਲ ਵਰਕ ਦਾ ਕੰਮ ਕਰਦੇ ਜੀ, ਵੈਸੇ ਕਾਰਪੈਂਟਰ ਹਾਂ ਮੈਂ। ਦੇਖੋ ਵੀਰ ਜੀ, ਟਾਈਮਿੰਗ ਜਿਹੜਾ ਤੁਹਾਡੇ ਕਾਰੋਬਾਰ ਦਾ ਹੈਗਾ, 2015 ਤੋਂ ਕੋਈ ਜ਼ਿਆਦਾ ਅੱਛਾ ਨਹੀਂ ਚੱਲ ਰਿਹਾ। ਬਿਲਕੁਲ ਠੀਕ ਹੈ ਜੀ, 14 ਦੇ 10ਵੇਂ ਮਹੀਨੇ ਦੇ ਕਰੀਬ ਦੁਸ਼ਹਿਰੇ ਤੋਂ ਬਾਅਦ। ਬਿਲਕੁਲ ਸਹੀ ਜੀ, ਠੀਕ ਹੈ ਜੀ, ਔਰ ਅੱਗੇ ਤੁਹਾਡਾ ਰਸਤਾ ਖਰਾਬ ਹੈਗਾ 2023 ਤੱਕ ਜੀ। ਠੀਕ ਹੈ ਜੀ, ਹੁਣ ਦੇਖੋ ਗੱਲ ਹੈਗੀ ਆ ਲੰਬੀ, ਕਈ ਵਾਰੀ ਕੀ ਹੁੰਦਾ ਕਿ ਅਸੀਂ ਹੁਣ ਟੀਵੀ ਤੇ ਬੈਠੇ ਨਾ ਗੱਲ ਦੱਸਦੇ ਆ, ਕਈਆਂ ਦੇ ਦਿਮਾਗ ਚ ਇਹ ਹੁੰਦਾ ਵੀ ਪੰਡਿਤ ਜੀ 2-4 ਨੂੰ ਆਪਦੇ ਕੋਲੇ ਬੁਲਾਉਂਦੇ ਆ ਜੀ। ਸੁਣੀ ਜਾਈਓ, ਸਾਨੂੰ ਕੋਈ ਸ਼ੌਂਕ ਨਹੀਂ ਹੈਗਾ ਜੀ, ਜਿਹੜੀ ਕੁੰਡਲੀ ਤੇ 20-25 ਮਿੰਟ 15 ਮਿੰਟ ਤੋਂ ਜ਼ਿਆਦਾ ਲੱਗਣੇ ਆ, ਕੋਈ ਗੱਲਾਂ ਤੁਹਾਨੂੰ ਪੁੱਛਣੀਆਂ, ਕੋਈ ਤੁਹਾਨੂੰ ਦੱਸਣੀ ਆ, ਉਹਦੇ ਤੇ ਟਾਈਮ ਤਾਂ ਖਰਚ ਹੋਊਗਾ ਜੀ। ਜਿਹਦਾ ਕੰਮ ਹੁਣ ਹੋਣ ਵਾਲਾ ਉਹਨੂੰ ਤੁਰੰਤ ਦੱਸ ਦੀ, ਤੇਰਾ ਹੋ ਗਿਆ, ਕੋਈ ਲੋੜ ਨਹੀਂ ਜੀ। ਤੁਹਾਡਾ ਕੰਮ ਪਿਆ ਪੂਰਾ ਉਲਝਿਆ ਜੀ, ਤੁਹਾਨੂੰ 2019, 2020, 2022 ਚ ਆਉਣਾ ਪੈਣਾ ਜੀ। ਦੇਖੋ ਜੇ ਗੱਡੀ ਚਲਾਣੀ ਆ ਤਾਂ ਜੀ ਗੱਡੀ ਚੱਲ ਪਊਗੀ ਜੀ, ਟੈਨਸ਼ਨ ਨਹੀਂ ਲੈਣੀ, ਸੂਰੇ ਨੂੰ ਜਲ ਦੇਣਾ ਜੀ, ਬਹਿਸਣਾ ਨਹੀਂ ਕਿਸੇ ਨਾਲ ਜੀ, ਚਾਵਲ ਸੋਮਵਾਰ ਨੂੰ ਧਾਰਮਿਕ ਸਥਾਨ ਤੇ ਦਾਨ ਦੇਣੇ ਜੀ, ਕਦੇ ਕਦੇ ਪਿੱਪਲ ਤੇ ਜਲ ਚੜਾਣਾ ਠੀਕ ਹੈ ਜੀ, ਇਤਵਾਰ ਛੱਡ ਕੇ। ਅੱਛਾ, ਇਹ ਅਪਾਏ ਕਰਨੇ ਆ, ਜਦੋਂ ਟਾਈਮ ਲੱਗੇ ਮੇਰੇ ਕੋਲੇ ਆਣਾ ਜੀ। ਮਸਲਾ ਤੁਹਾਡਾ, ਇੱਕ ਗੱਲ ਸੁਣੋ, ਜਿਹੜੇ ਇਨਸਾਨ ਹਿੰਮਤੀ ਜ਼ਿਆਦਾ ਤੇ ਮਿਹਨਤੀ ਜ਼ਿਆਦਾ ਹੋਣ ਜੀ, ਉਹ ਵਕਤ ਨਾਲ ਵੀ ਧੱਕਾ ਕਰ ਲੈਂਦੇ ਆ ਜੀ। ਠੀਕ ਹੈ ਜੀ, ਸਾਰੇ ਦਿਨ ਚੰਗੇ ਆ ਜਾਣੇ, ਟੈਨਸ਼ਨ ਨਹੀਂ ਲੈਣੀ, ਅਪਾਏ ਤੁਹਾਨੂੰ ਇਹੋ ਜਿਹੇ ਕਰਾਵਾਂਗੇ, ਤੁਹਾਡੀ ਗੱਡੀ ਲੈਣ ਤੇ ਰਹੂਗੀ, ਬਸ ਹਰ ਸਾਲ ਆਣਾ ਪੈਣਾ ਠੀਕ ਹੈ, 3 ਸਾਲਾਂ ਵਾਸਤੇ, ਉਸ ਤੋਂ ਬਾਅਦ ਤੁਹਾਡੀ ਲੋੜ ਨਹੀਂ ਪੈਣੀ ਮੈਨੂੰ, 15 ਸਾਲ ਠੀਕ ਹੈ ਜੀ। ਜੈ ਸ਼੍ਰੀ ਰਾਮ, ਜੈ ਸ਼੍ਰੀ ਰਾਮ। ਮੈਂ ਇਹ ਦੱਸਣਾ ਚਾਹੁੰਦਾ, ਜਿੰਨੇ ਭੈਣ ਭਰਾ ਸਾਡਾ ਪ੍ਰੋਗਰਾਮ ਸੁਣ ਰਹੇ ਦੇਖ ਰਹੇ ਆ, ਸਾਡੀ ਜਨਮ ਕੁੰਡਲੀ ਦੇ ਵਿੱਚ ਇੰਨਾ ਕੁਛ ਹੁੰਦਾ, ਤੁਸੀਂ ਸੋਚ ਨਹੀਂ ਸਕਦੇ ਕਿੱਥੋਂ ਕੀ ਕੀਤਾ ਜਾ ਸਕਦਾ, ਉਹਦੇ ਕੀ ਅਪਾਏ ਹੈ, ਔਰ ਅਪਾਏ ਦਾ ਤਰੀਕਾ ਕੀ ਹੈ। ਇਹ ਨਹੀਂ ਕਿ ਇੱਕ ਅਪਾਏ ਦੱਸਤਾ ਸਭ ਨੂੰ, ਕਿਉਂਕਿ ਕਦੇ ਵੀ ਤੁਸੀਂ ਦੇਖ ਲਓ ਕਿ ਕੋਈ ਵੀ ਬਿਮਾਰੀ ਹੈ ਬੰਦੇ ਨੂੰ, ਉਹਦੀਆਂ ਮੈਡੀਸਨ ਤਾਂ ਬਣੀਆਂ ਇੱਕ ਬਿਮਾਰੀ ਦੀਆਂ 2-3 ਕਿਸਮਾਂ ਦੀਆਂ, ਲੇਕਿਨ ਇਹ ਨਹੀਂ ਕਿ ਹਰ ਬੰਦੇ ਨੂੰ ਸੂਟੇਬਲ ਹੋਊਗੀ। ਕਿਸ ਬੰਦੇ ਦਾ ਕਿਹੜਾ ਗ੍ਰਹਿ ਕਿੰਨੀ ਡਿਗਰੀ ਤੇ ਬੈਠਾ, ਉਹਦੇ ਸਾਹਮਣੇ ਕਿਹੜਾ ਘਰ ਖਾਲੀ ਹੈ, ਕਿਹੜਾ ਗ੍ਰਹਿ ਕਿੱਦਾਂ ਦਾ, ਅਪਾਏ ਕਰਾਈਏ ਕਿ ਨਾਗਰਿਕ ਨੂੰ ਬੈਨੀਫਿਟ ਕਿਸ ਟਾਈਮ ਦੇ ਵਿੱਚ ਮਿਲੂਗਾ, ਔਰ ਇਹਦਾ ਬੜਾ ਲੰਮਾ ਚੌੜਾ ਪ੍ਰੋਸੀਜਰ ਹੁੰਦਾ ਆ, ਆਮ ਬੰਦੇ ਦੇ
अपाए कराना भी वास्ता रोग नहीं है क्योंकि सब तो वड्डी चीज यह है एक पकड़ करनी किसी चीज नूं बिल्कुल तह तक पहुंचना उन्हूं कहिंदे ज्योतिष लेकिन सानू भी हले सही पुछो तो रुपये दे विचों पांच दस पैसे ज्योतिष आंदी ज्योतिष बहुत लंबी चीज है यह तो मुरचता बीजनी है कुछ नहीं सिखा जाना साढ़े तो पर मैं यह समझाना कि कई बंदे साडा प्रोग्राम देख के सोचते कि फार्मूले जिहड़े मैं आम बंदे वास्ते फार्मूले दसदा वह कर सकते हो दूजा कोई भी उपाय करन दे नाल तुहाडा नुकसान भी हो सकता है ज़्यादा फायदे वाले पासे घट भजो क्योंकि जब तक साढ़े तो कोई सूटेबल चीज़ है ही नहीं और आप किदा कर लाँगे और हर बंदे नू हर स्टेट हर शहर ते हर महल्ले दे विच उह रह नहीं सकदा उहदे हिसाब नाल ही उहनू चीज़ चाहीदी है इसे तरह कुंडली देख के पता लगता है इस बंदे नू किदा दा पाए कराया जाए जय श्री राम हैलो हैलो हाँ जी वीर जी हाँ जी डेट और टाइम बोलो 7/11/1990 7/11/1990 रात के 8 बजे जी जन्म दा टाइम रात के 8 बजे जी की पूछना चाहते हो विदेश के बारे में पूछना चाह रहा जी मैं अपने बारे में कहाँ से बोल रहे हो हरियाणा कुरुक्षेत्र से जी क्या कर रहे हो अभी अभी जी कुछ नहीं कर रहे जी खेती बाड़ी कर रहे जी देखो पहली बात तो किसी काम में आप जिद मत किया करो अच्छा जी दूसरे नंबर पे घर वालों का काम किया करो अच्छा जी लोगों के आस पड़ोस वालों के आप फ्री के नोक करो अच्छा लोगों का काम बहुत करते हो जी। एक आपको आदत है जिद के अंदर आप काम खराब कर लेते बोलते ज्यादा हो आप हाँ जी एक आपको अच्छे भले आदमी की पहचान नहीं है अच्छा जी ये नहीं पता ये आदमी माड़ा है या अच्छा है इस आदमी का सुभाव कैसा है आपको ये नॉलेज नहीं है हाँ जी दूसरे नंबर पे आपसे प्यार से काम जितना मर्जी ले लो हाँ जी आप गलती उतनी मानते हो जितनी रंगे हाथ पकड़ी गई हाँ जी हर काम में आप जलते बहुत हो हाँ जी ठीक है जी देखो बाहर जाने का बड़े हिसाब से काम करो जा सकते हो 2021 तक योग आपका है लेकिन आपने पहले किसी को पैसे नहीं देने जो कुछ करना अपने आप करते जाओ अच्छा जी धूप के अंदर सर ढक के रखना जी। माता पिता के पैरी हाथ लाने ठीक है जी हनुमान की मूर्ति पे चेलमेली का तेल संदूर मीठा पान अच्छा जी महीने में एक बार ठीक है जी ये उपाय आपने करने हैं आप छोटे छोटे टूर लगा के खुद अपनी फाइल लगाओ 10-12 हजार रुपया खर्च कर किसी को मोटे पैसे नहीं देने अच्छा जी काम आपका बन जाएगा जय श्री राम हेलो हेलो हाँ जी डेट और टाइम बोलो 9 जनवरी 1995 जन्म दा टाइम 12:30 दोपहर दा हाँ जी की पूछना चाहते हो सर बाल दा पूछना सीगा केड़ी जगह तो बोल दे हो असि जी बठिंडा शहर तो बोल रहे हैं हाँ जी बाहर दा पूछना है जी हाँ जी हाँ जी हुण की कर दे हो हुण तो सर मैं कुछ नहीं कर दी ग्रेजुएशन कंप्लीट हुई है देखो जी तैयारी करो हाँ जी ठीक है जी जाना किदा है तुसी बाहर सर मैं आईलेट्स का पूछना सीगा ओदा तो मेरी फाइल लगी हुई आ गई मतलब है जो प्रोसेस बहुत स्लो आ मतलब आईलेट्स की दोबारा पीआर ते लाई है या किदा लाई है हाँ जी स्टडी बेस से कदों लाई है अगस्त च दा प्रोसेस शुरू होया वा सर मतलब हले कुछ भी नहीं हो रहा वा प्रोसेस स्लो आ बैंड किन्ने आए सीगे 6 बैंड से जी देखो गुस्सा ना करियो मेरी गल दा हां ऐसे जमा हले कराए ता नहीं 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 कुछ नहीं कराना दोबारा आईलेस करो सर मतलब पेपर का दो टिकर दईए जदों मेरी गल चंगी तरह सुनो बुरश दो वारी करना चांदी दा बगैर जोड़ तो छल्ला पाना आपदे कोले मोबाइल बिल्कुल सिंपल देसी रखना है ठीक है कोई व्हाट्सएप फेसबुक ना चले ठीक है जदों तुसी घरे आ गए हां जी ओनू सिट दो गुआची गां तरह अच्छा ओनू हाथ नहीं लाना ठीक है ते कदे कदे पिपल ते जल चढ़ाना हां जी ते तैयारी आपदी करन लग जाओ ते कदे कदे दूध मल के नहाना ठीक है जी उस तो बाद तुहाडे बैंड भी अच्छे आजुगे बाहर चले जाओगे बाहर जाने तो पहले मैनू मिलना जरूर है इस चीज का बस ध्यान रखना क्योंकि बहुत औखे हो गए मां बाप ने अपन भेजना ठीक है जी बस एक है
कि एक बार जदों तुसी मिलोगे तुहानूं मैं कुछ ऐसियां चीजां दसूंगा सारी जिंदगी तुसी व्याह तो बाद परेशान नहीं होगे। ठीक है जी, जय श्री राम। हेलो हेलो, डेट और टाइम बोलो जी। 30 दिसंबर 1990 950 30 दिसंबर 1990 जी। जन्म दा टाइम 950 अमृतसर। 950 सवेर दे के शाम दे? सवेर दे सर। हाँ जी, की पूछना जी? करियर ते मैरिज बारे पूछना। की कर दे हो? सर इस टाइम प्राइवेट जॉब है पर फॉरेन दा भी ट्राई कर रहे हैं। इन्ने पंजाबी जा रहे हैं ते फॉरेन वाले ने बंद ही कर देना भी कोई भी ना आवे। सही गल है कि गलत है? सही गल है जी। मेरे ख्याल दे विच पंजाब दे विच प्लस टू तो बाद तां बच्चे कोई ओह जे ही हैगे है जिन्हां दे कोले पूंजी घट है जां जो इंतजार कर रहे भी असीं ग्रेजुएशन करके बाहर चले जाइए। तकरीबन 80% बच्चे बाहर है ते अज पंजाब दे हालात घरां दे अहे होए पए है। उपरों उपरों सारे हसते हैं, अंदरों अंदरों सारे सवेरे शामी रोंदे हैं क्योंकि जिन्ने के पूंजी बनाई सब कुछ गहने रखता। बिल्कुल जी, बिल्कुल। दो बच्चे जे चले गए जिन्हें उन्होंने पैसे तो नहीं मोड़ने। जो मेरा तजर्बा है बच्चे जिन्ने पैसे माँ बाप से लवाते मोड़ नहीं सकते। कोई बच्चा होगा भी जेड़ा पैसे पूरे कर दे। वीर जी एक तक कल ही ना करया करो। ठीक है जी। सिर ढक के रखना, किसी की मदद करनी बंद कर दो, किसी दियां गल्लां च आना बंद कर दो। ठीक है जी। कोई खुशी नहीं मनानी। ठीक है जी। वीरवार तो वीरवार छोलें दाल धार्मिक स्थान ते दान, धुप दे विच सिर ढकिया होवे जी जी। तैयारी आपदी बाद दी होई करो जी सर, ज्यादा बेटर है। जे शहर छड के काम करोगे तो ज्यादा कामयाब हो जाओगे। वैसे तैयारी तुहाडी बाद दी होई होनी है। ठीक है सर, ठीक है जी। कपड़े कलरफुल पाया करो। ठीक है जी। काली ऐनका ज्यादा लगाया करो। हर महीने किसी गरीब नूं रोटी खवानी। कोशिश करा करो कि आपकी जेब खाली रखा करो। ठीक है जी। जदों तुहाडे कोल पैसे आ गए तुसीं राजे बन जांदे हो। ठीक है जी। ओ जे खूह च सिट रहे बैठ पछताउंदे बाद च हटदे फेर नहीं। बिल्कुल बिल्कुल। ते जे पैसे आपां रखांगे घट ते कम से कम जे अपने जिथे 10 वारी पैसे लगणे उत्थे इक वारी लगूगे। तुहाडी आदत है किसी तों महीने वास्ते पैसे फड़ ले 10 दिन च मोड़ दोगे। तुहाडे नहीं मुड़ने। ਤੁਸੀਂ ਜਲਦਬਾਜ਼ੀ ਬਹੁਤ ਕਰਦੇ ਹੋ। ਬਹੁਤ ਘੱਟ ਖਰਚਾ ਕਰੋ, ਆਪਦੀ ਜੇਬ ਤੇ ਕੰਟਰੋਲ ਕਰੋ। ਆਪਦੇ ਕੋਲੇ ਨਾ ਏਟੀਐਮ ਰੱਖਣਾ ਹੈ ਜੇਬ ਚ, ਨਾ ਜ਼ਿਆਦਾ ਪੈਸੇ ਲੈ ਕੇ ਜਾਣੇ ਹੈ। ਜੈ ਸ਼੍ਰੀ ਰਾਮ। ਹੈਲੋ ਹੈਲੋ, ਹਾਂਜੀ ਵੀਰ ਜੀ। 1-2-1981 1-2-1981 ਜਨਮ ਦਾ ਟਾਈਮ? ਜਨਮ ਦਾ ਟਾਈਮ ਨਹੀਂ ਕਨਫਰਮ ਜੀ ਪੂਰਾ। ਹਾਂਜੀ, ਕੀ ਪੁੱਛਣਾ ਜੀ? कामकार बारे पूछना है। जरा कामकार नहीं है बिल्कुल भी। टाइम टाइम नहीं पता? नहीं टाइम नहीं। सवेरे शामी दोपहरे? ते दोपहर कदा आते हैं मुझे उसका। की कर दे की हो? मैं कारपेंटर का काम करता हूँ जी। कैडी जगह तो बोल दे हो? कहीं जलंधर तो जी। देखो वीर जी, काम का नुकसान जरा चल रहा है वह तो चल रहा 2013 तो। हाँ जी, लेकिन हुण ज्यादा 2019 तो महीने डेढ़ महीने तो जमा ही काम बंद बंद पे जी। सही है कि गलत है? हाँ जी, हाँ जी सही है जी। चला दिए? हाँ जी, हाँ जी जरूर जी। चावल धार्मिक स्थान ते दान देने सोमवार नूं एक बारी, वड्डियां दे पैरी हथ लाने। चावल सोमवार नूं दान देने। ठीक है जी। जिन्ना जी करे पाई आधा किलो दो किलो तुहाडी मर्जी। ठीक है जी। दही मल के नहाना। ठीक है जी। ते एक ध्यान रखियो, थोड़ी जी गल दा मेरी गुस्सा लगूगा। हाँ जी। सहेली ना कोई बनाइयो। ठीक है जी। हुण जिहड़ा मन है ना इधरले पासे ज्यादा भज्जूगा। ठीक है जी। दही मल के नहाना, कदे कदे लाल रुमाल आपदे कोले रखना। ठीक है जी। ठीक है जी। सिंपल जे उपाय हो गए। एक बार बंदर नूं गुड़ चने केले खवा दो, जे नहीं टाइम बाहर जान दा ते ट्रक यूनियन च किसे दा किसे कोले हुंदे आ। ठीक है जी। ठीक है जी, ये सिंपल जे मेरा उपाय कर दो। ठीक है जी। एक बार कम चलूगा,
ਤੇ ਸਿਹਤ ਦੇ ਪੂਰੇ ਧਿਆਨ ਰੱਖਣਾ। ਜੇ ਕੰਮ ਚੱਲ ਪਏ ਫਿਰ ਆਪਾਂ ਦੁਬਾਰਾ ਗੱਲ ਕਰ ਲਾਂਗੇ। ਠੀਕ ਹੈ ਜੀ, ਜੈ ਸ਼੍ਰੀ ਰਾਮ। ਜੈ ਸ਼੍ਰੀ ਰਾਮ। ਹੈਲੋ 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 ਹਾਂਜੀ, ਡੇਟ ਆਫ ਟਾਈਮ 22 ਸਤੰਬਰ 1973 ਜੀ। 22 ਸਤੰਬਰ 1973। ਜਨਮ ਦਾ ਟਾਈਮ 10:06 ਰਾਤ ਹੈ ਜੀ। ਹਾਂਜੀ, ਕੀ ਪੁੱਛਣਾ ਜੀ? ਕੰਮ ਕਰਦਾ ਪੁੱਛਣਾ ਪੰਡਿਤ ਜੀ, ਤੇ ਇੱਕ ਵਿਦੇਸ਼ ਯਾਤਰਾ ਦਾ ਬਾਹਰਲਾ ਮੈਂ ਕ੍ਰਾਸ ਕਰ ਸਕਦਾ, ਕੰਮ ਬਣ ਸਕਦਾ? ਇੱਕ ਕੰਮ ਦਾ ਬਹੁਤ ਬੁਰਾ ਹਾਲ ਹੋਇਆ। ਕਿਹੜੀ ਜਗ੍ਹਾ ਤੋਂ ਬੋਲਦੇ ਹੋ? ਲੁਧਿਆਣੇ ਤੋਂ ਜੀ, ਜਨਮ ਵੀ ਮੇਰਾ ਲੁਧਿਆਣੇ ਦਾ ਹੀ ਹੈ। ਇੱਕ ਗੱਲ ਸੁਣੋ, ਤੁਸੀਂ ਸਾਡਾ ਪ੍ਰੋਗਰਾਮ ਕਦੋਂ ਤੋਂ ਦੇਖ ਰਹੇ ਹੋ? ਮੈਂ 6 ਮਹੀਨੇ ਤੋਂ ਦੇਖ ਰਿਹਾ ਜੀ। ਕੋਈ ਬੰਦਾ ਵੀ ਟੀਵੀ ਤੇ ਬੈਠ ਕੇ ਪੰਜਾਬ ਚ ਨੀ ਹਿੰਦੁਸਤਾਨ ਚ ਕਹਿੰਦਾ ਵੀ ਮੇਰਾ ਕੰਮ ਹੈਗਾ? ਨਹੀਂ, ਸਹੀ ਗੱਲ ਹੈ ਜੀ। ਤੇ ਹਲੇ ਟੀਵੀ ਵਾਲੇ ਮੀਡੀਆ ਵਾਲੇ ਕਹਿ ਰਹੇ ਕਿ ਮੋਦੀ ਜਿੰਦਾਬਾਦ। ਇਹ ਤਾਂ ਹੈ ਜੀ, ਕਿਉਂਕਿ ਸਭ ਤੋਂ ਵੱਡੀ ਚੀਜ਼ ਪਤਾ ਕੀ ਹੈ? ਕੰਮ ਦਾ ਜਮਾਂ ਦੋ ਸਾਲਾਂ ਚ ਤਾਂ ਬੇੜਾ ਗਰਕ ਹੋ ਗਿਆ। ਹਾਂਜੀ, ਤੁਸੀਂ ਧਾਰਮਿਕ ਸਥਾਨ ਦੇ ਨਾਲ ਪਾਠ ਪੂਜਾ ਨਹੀਂ ਕਰਨੀ। ਠੀਕ ਹੈ ਜੀ। ਕਦੇ ਕਿਸੇ ਨੂੰ ਪੈਸੇ ਦਾ ਦਾਨ ਜ਼ਿੰਦਗੀ ਚ ਨਹੀਂ ਦੇਣਾ। ਠੀਕ ਹੈ। ਤੁਹਾਡਾ ਹਾਲ ਤਾਂ 2000 ਜਦੋਂ ਤੁਹਾਡੀ 17-18 ਸਾਲ ਤੋਂ ਸ਼ੁਰੂ ਹੋਏ ਹੋ। ਹਾਂਜੀ। ਤੇ ਹੁਣ ਤੱਕ ਹਾਂਜੀ ਧੱਕੇ ਰਹਿ ਗਏ ਕਰਮਾਂ। ਹਾਂਜੀ ਹਾਂਜੀ, ਸਹੀ ਹੈ ਕਿ ਗਲਤ ਹੈ? ਬਿਲਕੁਲ ਸਹੀ ਹੈ ਜੀ। ਹੁਣ ਕੋਈ ਵੀ ਬੰਦਾ ਤੁਹਾਡੀ ਕੁੰਡਲੀ ਦੇਖੂਗਾ, ਤੁਹਾਡੇ ਨਾਲ ਗੱਲ ਕਰੂਗਾ, ਤੁਹਾਨੂੰ ਕਹੂਗਾ ਤੁਸੀਂ ਹੁਣ ਪਰੇਸ਼ਾਨ ਹੋ, 2 ਮਹੀਨੇ ਪਰੇਸ਼ਾਨ ਹੋ, 6 ਮਹੀਨੇ ਪਰੇਸ਼ਾਨ ਹੋ, ਮੈਂ ਤੁਹਾਨੂੰ ਪਿੱਛੇ ਖਿੱਚ ਕੇ ਲੈ ਗਿਆ। ਹਾਂਜੀ, ਲੇਕਿਨ ਸਾਰਿਆਂ ਤੋਂ ਵੱਡੀ ਚੀਜ਼ ਇਹ ਹੈ ਕਿ ਖਾਲੀ ਇਹ ਨਾ ਸੋਚੋ ਕਿ ਅੱਜ ਕੰਮ ਚੱਲ ਪਵੇ। ਹਾਂਜੀ, ਇਹ ਸੋਚੋ ਕਿ ਸਾਡੇ ਕੰਮ ਚ ਬਰਕਤ ਕਿੱਦਾਂ ਪਊਗੀ, ਪੈਸਾ ਕਿੱਦਾਂ ਜੁੜੂਗਾ, ਦਿਮਾਗ ਦੀ ਟੈਨਸ਼ਨ ਤੋਂ ਮੁਕਤ ਕਦੋਂ ਆਵਾਂਗੇ। ਸਹੀ ਹੈ। ਇਹਦਾ ਉਪਾਅ ਕੀ ਹੈ? ਠੀਕ ਹੈ। ਹੁਣ ਮੇਰੀ ਇੱਕ ਗੱਲ ਸੁਣੋ, ਜਿੰਨੇ ਲੋਕ ਮੇਰਾ ਪ੍ਰੋਗਰਾਮ ਦੇਖ ਰਹੇ ਆ, ਤਕਰੀਬਨ ਬੜੇ ਬੰਦੇ ਅੱਜ ਦੀ ਡੇਟ ਚ ਇਹੋ ਜਿਹੇ ਹੈ ਕਿ ਹਰ ਘਰ ਚੋਂ ਕੋਈ ਨਾ ਕੋਈ ਬੰਦਾ, ਚਾਹੇ ਦੁਬਈ ਜਾਇਆ, ਚਾਹੇ ਸਿੰਗਾਪੁਰ, ਮਲੇਸ਼ੀਆ, ਥਾਈਲੈਂਡ, ਕਿਤੇ ਵੀ ਜਾਇਆ, ਜਾਂਦਾ ਜ਼ਰੂਰ ਹੈ ਬੰਦਾ। ਹਾਂਜੀ ਹਾਂਜੀ। ਔਰ ਸਾਰੇ ਘਰ ਦੇ ਵਿੱਚੋਂ ਜੇ ਘਰ ਚ 6 ਮੈਂਬਰ ਤੇ ਉਹਨਾਂ ਚੋਂ 4 ਗਏ ਹੋਏ ਆ। ਬਿਲਕੁਲ। ਤੁਸੀਂ ਕਿਸੇ ਕੰਟਰੀ ਦੇ ਵਿੱਚ, 4 ਕੰਟਰੀਆਂ ਛੱਡ ਦੋ, ਪਾਕਿਸਤਾਨ, ਹਿੰਦੁਸਤਾਨ, ਬੰਗਲਾਦੇਸ਼ ਛੱਡ ਦੋ, ਸ਼੍ਰੀਲੰਕਾ, ਠੀਕ ਹੈ ਜੀ, ਇਸ ਤੋਂ ਇਲਾਵਾ ਨੇਪਾਲ ਤੋਂ ਇਲਾਵਾ ਤੁਸੀਂ ਕਿਸੇ ਕੰਟਰੀ ਚਲੇ ਜਾਓ, ਹਾਂਜੀ, ਕੋਈ ਬੰਦਾ ਵੀ ਹਿੰਦੁਸਤਾਨੀਆਂ ਆਪਣੀਆਂ ਕੰਟਰੀਆਂ ਵਰਗਾ ਘਰ ਚੋਂ ਔਖਾ ਕੋਈ ਨਹੀਂ ਹੈਗਾ। ਉਹਦਾ ਰੀਜ਼ਨ ਕੀ ਹੈ? ਚਲੋ ਆਪਾਂ ਇਹਨੂੰ ਛੱਡਦੇ ਹਾਂ, ਹਿਮਾਚਲ ਚ ਵੜ ਜਾਂਦੇ ਹਾਂ। ਹਿਮਾਚਲ ਦੇ ਲੋਕ ਸ਼੍ਰੀਨਗਰ ਸਾਈਡ ਦੇ ਫਿਰ ਵੀ ਆਪਣੇ ਤੋਂ ਸੌਖੇ ਆ, ਹਾਲਾਂਕਿ ਉੱਥੇ ਕੋਈ ਬਿਜ਼ਨਸ ਨਹੀਂ ਹੈਗਾ, ਹਾਂਜੀ, ਕੋਈ ਕਾਰੋਬਾਰ ਨਹੀਂ ਹੈਗਾ, ਉਹ ਵੀ ਸੌਖੇ ਹੈ। ਜਿਨ੍ਹਾਂ ਘਰਾਂ ਦੇ ਉੱਪਰ, ਛੱਤਾਂ ਦੇ ਉੱਪਰ ਵੇਸਟ ਸਮਾਨ ਜਾਂ ਕੋਈ ਸਮਾਨ, ਜਾਂ ਆਪਾਂ ਯਾਨੀ ਕਿ ਪਿਰਾਮਿਡ ਟਾਈਪ ਆਪਣੀ ਛੱਤ ਬਣਾ ਲਈ, ਉਹਦਾ ਬਹੁਤ ਵੱਡਾ ਬੈਨੀਫਿਟ ਮਿਲਦਾ ਉਹਨਾਂ ਨੂੰ। ਉਹਨਾਂ ਦੇ ਘਰਾਂ ਦੇ ਵਿੱਚ ਬਰਕਤ ਬਹੁਤ ਪੈਂਦੀ ਹੈ, ਕਾਰੋਬਾਰ ਕਿਸੇ ਨਾ ਕਿਸੇ ਤਰ੍ਹਾਂ ਦਾ ਚੰਗਾ, ਵੇਸਟ ਨਹੀਂ ਹੁੰਦਾ ਕੁਛ, ਨੁਕਸਾਨ ਘੱਟ ਹੁੰਦੇ। ਇਸੇ ਤਰ੍ਹਾਂ ਫੋਰਨ ਦੇ ਵਿੱਚ ਲੋਕਾਂ ਦੇ ਹੈ। ਅਸੀਂ ਘਰਾਂ ਦੇ ਵਿੱਚ ਸਭ ਤੋਂ ਪਹਿਲੇ ਨੰਬਰ ਤੇ ਜਿਹੜੇ ਬੰਦੇ ਦੀ ਚੀਜ਼ ਹੁੰਦੀ ਉਹ ਕਹਿੰਦੀ ਜੇ ਮੇਰੀ ਚੀਜ਼ ਬਾਹਰ ਸਿੱਟੀ ਤਾਂ ਤੈਨੂੰ ਬਾਹਰ ਸਿੱਟ ਦੇਣਾ। ਹਾਂਜੀ ਹਾਂਜੀ। ਤੇ ਗੰਦ ਘਰ ਚ ਜਮ੍ਹਾਂ ਕੀਤਾ ਹੋਇਆ, ਘਰ ਚ ਸਭ ਤੋਂ ਪਹਿਲੇ ਛੱਤਾਂ ਦੀ ਸਫਾਈ ਤੇ ਘਰ ਦੀ ਸਫਾਈ ਜ਼ਰੂਰੀ ਚਾਹੀਦੀ ਹੈ। ਅਸੀਂ ਸਫਾਈ ਕਰਦੇ ਹਾਂ ਉਦੋਂ ਜਦੋਂ ਕਿਸੇ ਰਿਸ਼ਤੇਦਾਰ ਨੇ ਸਾਡੇ ਘਰੇ ਆਉਣਾ ਹੋਵੇ, ਉਹ ਵੀ ਜਿੱਥੇ ਉਹਨੇ ਬਹਿਣਾ ਹੋਵੇ। ਤਾਂ ਤੁਸੀਂ ਕੀ ਕਰਨਾ, ਮੰਗਲਵਾਰ ਵਾਲੇ ਦਿਨ ਕਿਸੇ ਨੂੰ ਤੋਹਫ਼ੀਆਂ ਵੰਡਣੀਆਂ, ਠੀਕ ਹੈ ਜੀ, ਤੇ ਕੋਸ਼ਿਸ਼ ਕਰੋ ਕੋਈ ਜੇ ਸੌਂਫ ਦੀ ਬਣੀ ਚੀਜ਼ ਹੋਵੇ, ਜਿਹ ਚ ਸੌਂਫ ਹੋਵੇ ਤੇ ਜ਼ਿਆਦਾ ਬੈਟਰ। ਠੀਕ ਹੋ ਗਿਆ ਜੀ। ਤਾਂਬੇ ਦੇ ਬਰਤਨ ਦਾ ਰੱਖਿਆ ਹੋਇਆ ਪਾਣੀ ਪੀਣਾ, ਬਗੈਰ ਸੋਚੇ ਕੰਮ ਕਰਨਾ। ਠੀਕ ਹੈ ਜੀ। ਇੱਕ ਚਾਂਦੀ ਦਾ ਕੜਾ ਪਾਣਾ ਬਗੈਰ ਜੋੜ ਤੋਂ, ਠੀਕ ਹੈ ਜੀ, ਪਾਇਆ ਹੋਇਆ ਮੇਰੇ ਵਿੱਚ, ਤੇ ਸੂਰਜ ਨੂੰ ਜਲ ਦੇਣਾ, ਠੀਕ ਹੈ ਜੀ, ਤੇ ਇੱਕ ਵਾਰੀ ਮੈਨੂੰ ਯਾਦ ਕਰਿਓ 3 ਮਹੀਨੇ 2021। ਠੀਕ ਹੈ ਜੀ। ਜੈ ਸ਼੍ਰੀ ਰਾਮ। ਹੈਲੋ, ਜੈ ਸ਼੍ਰੀ ਰਾਮ ਜੀ। ਜੈ ਸ਼੍ਰੀ ਰਾਮ ਜੀ, ਬੋਲੋ ਕਿਹੜੀ ਜਗ੍ਹਾ ਤੋਂ ਜੀ? ਹਾਂਜੀ, ਸਰਸੇ ਤੋਂ ਬੋਲ ਰਹੇ ਜੀ। ਡੇਟ ਆਫ ਟਾਈਮ 10/1/1994 ਸ਼ਾਮ ਨੂੰ 4 ਵਜੇ ਦਾ ਜੀ। ਹਾਂਜੀ, ਕੀ ਪੁੱਛਣਾ ਜੀ? ਕੰਮ ਬਾਰੇ ਪੁੱਛਣਾ ਜੀ ਪੰਡਿਤ ਜੀ, ਕੰਮ ਨਹੀਂ ਇੱਦਾਂ ਮਿਲ ਰਿਹਾ ਕਿਤੇ ਵੀ, ਬਹੁਤ ਧੱਕੇ ਖਾਂਦੇ, ਬਹੁਤ ਚਿਰ ਹੋ ਰਿਹਾ ਜੀ। 4:00 ਹੈ ਜੀ, 4 ਵਜੇ ਦਾ ਹੀ ਪਤਾ ਜੀ, ਪ੍ਰੋਪਰ ਮਿੰਟਾਂ ਦਾ ਨੀ ਪਤਾ ਜੀ। ਸਰਸੇ ਤੋਂ ਬੋਲਦੇ ਹੋ? ਹਾਂਜੀ। ਇੱਕ ਗੱਲ ਦੱਸਾਂ ਜੀ,
ਸਰਸੇ ਵਾਲਿਆਂ ਦਾ ਵੈਸਾ ਹੀ ਕੰਮ ਜਿਹੜਾ ਆ ਤਕਰੀਬਨ 75% ਬਾਬੇ ਕਰਕੇ ਹੀ ਚੱਲਦਾ ਸੀ। ਮੇਰੀ ਗੱਲ ਸਹੀ ਹੈਗੀ ਹੈ? ਸਰਸਾ ਮਸ਼ਹੂਰ ਸੀ, ਚਲੋ ਕੋਈ ਵੀ ਕਿਸੇ ਥ੍ਰੀ ਵੀਲਰ ਦਾ ਕੰਮ ਚੱਲਦਾ ਸੀ, ਕਿਸੇ ਮਠਿਆਈ ਵਾਲੇ ਦਾ ਚੱਲਦਾ ਸੀ, ਕਿਸੇ ਗੈਸਟ ਹਾਊਸ ਵਾਲੇ ਚੱਲਦਾ ਸੀ, ਬੱਸਾਂ ਵਾਲਿਆਂ ਦਾ, ਕੋਈ ਨਾ ਕੋਈ ਤਾਂ ਸੀਗਾ ਹੀ ਨਾ। ਕਾਫੀ ਫਰਕ ਪਿਆ ਉਸ ਏਰੀਏ ਦੇ ਵਿੱਚ ਉਹਨਾਂ ਨਾਲ ਵੀ। ਤੇ ਤੁਸੀਂ ਪਤਾ ਕੀ ਕਰਨਾ, ਕਿਸੇ ਨਾਲ ਫਾਲਤੂ ਬਹਿਸਣਾ ਨੀ ਹੋ। ਵੀਰਵਾਰ ਤੋਂ ਲੈ ਕੇ ਵੀਰਵਾਰ ਤੱਕ ਛੋਲਿਆਂ ਦੀ ਦਾਲ ਧਾਰਮਿਕ ਸਥਾਨ ਤੇ ਦਾਨ ਦੇਣੀ। ਠੀਕ ਹੈ ਜੀ, ਛੋਲਿਆਂ ਦੀ ਹਾਂਜੀ, ਵੀਰਵਾਰ ਤੋਂ ਲੈ ਕੇ ਵੀਰਵਾਰ। ਘਰ ਦੇ ਬਾਹਰ ਝਾੜੂ ਲਗਾਉਣਾ, ਛੱਤ ਸਾਫ਼ ਕਰਨੀ ਰੋਜ਼। ਅੱਛਾ ਜੀ, ਤੁਹਾਡਾ ਕੰਮ ਹੈ ਘਰ ਦੀਆਂ ਨਾਲੀਆਂ ਹਾਂਜੀ ਫਲੈਸ਼ ਸਾਫ਼ ਕਰਨੀ, ਛੱਤ ਸਾਫ਼ ਕਰਨੀ, ਬਾਹਰ ਝਾੜੂ ਮਾਰਨਾ 4 ਮਹੀਨੇ। ਅੱਛਾ ਜੀ, ਜੂਨ ਦੇ ਵਿੱਚ ਮੇਰੇ ਨਾਲ ਗੱਲ ਕਰੀਓ, ਤੁਹਾਡਾ ਹਾਲ ਕਿੰਨਾ ਵਧੀਆ ਹੋ ਗਿਆ। 4 ਮਹੀਨੇ ਮੈਂ ਤੁਹਾਨੂੰ ਦੇਤੇ, ਠੀਕ ਹੈ ਜੀ, ਤੇ ਇੱਕ ਰੋਟੀ ਜਿੱਥੇ ਬੰਦੀ ਬੈਠ ਕੇ ਖਾਣੀ, ਮੂਲੀਆਂ ਸ਼ੁਕਰ ਰੱਖ ਕੇ ਸ਼ਨੀਵਾਰ ਨੂੰ ਧਾਰਮਿਕ ਸਥਾਨ ਤੇ ਦਾਨ ਲਗਾਤਾਰ 2.5 ਮਹੀਨੇ, ਵੱਧ ਚਾਹੇ ਹੋਵੇ ਘੱਟ ਨਾ ਹੋਵੇ। ਜੈ ਸ਼੍ਰੀ ਰਾਮ। ਹੈਲੋ, ਹਾਂਜੀ ਬੋਲੋ ਜੀ। ਹੈਲੋ ਬਾਬੇ ਜੀ, ਰਾਮ ਰਾਮ। ਰਾਮ ਰਾਮ ਜੀ। ਮੇਹਰਵਾਨ ਤੋਂ ਬੋਲ ਰਹੇ ਆ। ਹਾਂਜੀ, ਮੇਹਰਵਾਨ ਤੋਂ ਬੋਲ ਰਹੇ ਆ। ਬੋਲੋ ਜੀ। ਬਾਈ ਤਰੀਕ ਦੋ ਹਜ਼ਾਰ ਚਾਰ ਹਾਂਜੀ ਟਾਈਮ 9 ਵਜੇ ਦਾ ਸਵੇਰ ਰਾਤ ਹਾਂਜੀ ਹਾਂਜੀ ਕੀ ਪੁੱਛਣਾ ਜੀ? ਕੰਮ ਕਾਰ ਬਾਰੇ ਪੁੱਛਣਾ, ਪਾਪਾ ਦੀ ਬਰਕਤ ਸੀ ਨੀ ਰਹਿੰਦੀ ਹੈ ਕੰਮ ਚ। ਇਹ ਡੇਟ ਵਰਤ ਕਿਹਦੀ ਦਿੱਤੀ ਹੈ? ਹਾਂਜੀ 2/22/2004। ਮੈਂ ਇਹ ਪੁੱਛਿਆ ਡੇਟ ਵਰਤ ਕਿਹਦੀ ਦਿੱਤੀ ਹੈ ਤੁਸੀਂ ਮੈਨੂੰ? ਹਾਂਜੀ ਲੜਕੀ ਦੀ ਦਿੱਤੀ ਆ। ਲੜਕੀ ਤੋਂ ਨਹੀਂ ਪਤਾ ਲੱਗਣਾ, ਪਾਪਾ ਹੀ ਦੇ ਸਕਦੇ ਆ। ਹਾਂ ਪਾਪਾ ਦੀ, ਇੱਕ ਮਿੰਟ, ਪਾਪਾ ਦੀ ਡੇਟ ਵਰਤ ਦਵੋ, ਮੈਂ ਦੱਸਦਾ ਆ। ਮੰਮੀ ਨੂੰ ਕਵੋ ਸਭ ਤੋਂ ਪਹਿਲੇ ਨਹਾਣਾ ਜ਼ਿਆਦਾ ਆ, ਸਿਰ ਦਿਹਾੜੀ ਚ 2-3 ਵਾਰੀ ਬਾਹਣਾ ਆ। ਨੰਗੇ ਪੈਰ ਨੀ ਫਿਰਨਾ, ਕੱਪੜੇ ਵਧੀਆ ਪਾਣੇ ਆ। ਜੇ ਤੁਹਾਡੇ ਮੰਮੀ ਦਲਿੱਦਰ ਬਣ ਕੇ ਰਹੂਗੇ, ਤੁਹਾਡੇ ਘਰ ਚ ਕਦੇ ਪੈਸਾ ਨੀ ਆਉਣਾ, ਠੀਕ ਹੈ ਜੀ? ਤੇ ਤੂੰ ਵੀ ਆਪਣਾ ਧਿਆਨ ਰੱਖਿਆ ਕਰ ਸਿਹਤ ਦਾ। ਜੈ ਸ਼੍ਰੀ ਰਾਮ। ਦੂਜੀ ਬੋਲੋ ਕੁੰਡਲੀ। ਹਾਂਜੀ, 3/25/1929 ਨਤੀਜਾ ਮਹੀਨਾ ਹਾਂਜੀ 25 ਤਰੀਕ ਹਾਂਜੀ ਤੇ 1978 ਜਨਮ ਦਾ ਟਾਈਮ? ਜਨਮ ਦਾ ਟਾਈਮ ਨੀ ਪਤਾ ਹੈਗਾ, ਦੁਪਹਿਰ ਦਾ। ਵੈਸੇ ਡੈਡੀ ਕਰਦੇ ਕੀ ਹੈ? ਕੰਮ ਕਿਹੜਾ ਕਰਦੇ ਆ? ਲੈ ਤੈਨੂੰ ਤੇਰੇ ਡੈਡੀ ਦਾ ਨੀ ਪਤਾ ਕੰਮ ਕੀ ਕਰਦੇ ਆ? ਚੈਕਿੰਗ ਦਾ ਕਰਦੇ ਆ। ਹੈ? ਚੈਕਿੰਗ ਦਾ ਪੈਕਿੰਗ ਕਰਦੇ ਆ। ਚੈਕਿੰਗ ਪੈਕਿੰਗ ਕਰਦੇ ਆ ਹਾਂਜੀ। ਇਹ ਕੋਈ ਵੀ ਕੰਮ ਕਰਦੇ ਆ, ਸਟਾਰਟਿੰਗ ਵਧੀਆ, ਐਂਡ 0। ਇਹਨਾਂ ਦਾ ਪੁੱਠਾ ਦਿਮਾਗ ਜ਼ਿਆਦਾ ਚੱਲਦਾ, ਸਿੱਧਾ ਘੜ ਚੱਲਦਾ, ਖੀਦੇ ਬਹੁਤ ਹੈ। ਹਾਂਜੀ ਹਾਂਜੀ, ਠੀਕ ਹੈ ਜੀ। ਇਹਨਾਂ ਨੂੰ ਕਹੋ ਕੰਮ ਕੋਈ ਆਪਦਾ ਸ਼ੁਰੂ ਕਰਨ, ਛੋਟਾ ਮੋਟਾ। ਅੱਛਾ, ਬਹੁਤ ਤਰੱਕੀ ਕਰੂਗੇ। ਤੇ ਕਦੇ ਕਦੇ ਪਿੱਪਲ ਤੇ ਜਲ ਚੜਾਣਾ, ਸੂਰਜ ਨੂੰ ਜਲ ਦੇਣਾ, ਓਮ ਨਮੋ ਸ਼ਿਵਾਏ ਦਾ ਜਾਪ ਕਰਨਾ, ਕੀੜਿਆਂ ਦੇ ਪੌਣ ਤੇ ਤਿਲ ਚਾਵਲੀ ਕਦੇ ਕਦੇ ਪਾਣੀ। ਜੈ ਸ਼੍ਰੀ ਰਾਮ। ਹੈਲੋ ਹੈਲੋ ਹਾਂਜੀ, ਡੇਟ ਆਫ ਟਾਈਮ ਬੋਲੋ ਜੀ। ਮੈਨੂੰ ਬਾਹਰ ਕੋਣ? 10/10/1988 ਡੇਟ ਆਫ ਬਰਥ। 10/10/1988 ਹਾਂਜੀ, ਦਿਨ ਸੋਮਵਾਰ। ਟਾਈਮ? ਸ਼ਾਮ ਦੇ 4:10। ਸ਼ਾਮ ਦੇ ਕਿੰਨੇ ਜੀ? 4:10। ਹਾਂਜੀ, ਕੀ ਪੁੱਛਣਾ ਜੀ? ਪੰਜੀ, ਮੇਰੀ ਵਾਈਫ ਆ, ਉਹ ਬਾਹਰ ਨਿਊਜ਼ੀਲੈਂਡ ਆ, ਅਸੀਂ ਫਾਈਲ ਲਾਈ, ਮੈਂ ਤੇ ਆਪਣੀ ਬੇਟੀ ਦੀ ਪੁੱਛਣਾ ਵੀ ਸਾਡਾ ਵੀਜ਼ਾ ਕਦੋਂ ਤੱਕ ਆ ਸਕਦਾ। ਉਹਨਾਂ ਨੂੰ ਕਿੰਨਾ ਟਾਈਮ ਹੋ ਗਿਆ ਗਿਆ ਨੂੰ? ਉਹਨਾਂ ਨੂੰ 2 ਮਹੀਨੇ ਹੋ ਗਏ। ਦੇਖੋ ਜੀ, ਵੀਜ਼ੇ ਦੇ ਵਿੱਚ ਹੋ ਸਕਦਾ ਹਾਂਜੀ ਤੁਹਾਨੂੰ 4 ਮਹੀਨੇ ਵੀ ਲੱਗ ਜਾਣ। ਅੱਛਾ ਜੀ, ਜਾਓਗੇ ਜ਼ਰੂਰ? ਠੀਕ ਹੈ ਜੀ। ਕੋਸ਼ਿਸ਼ ਇਹ ਕਰੋ ਕਿ ਛੋਲਿਆਂ ਦੀ ਦਾਲ ਵੀਰਵਾਰ ਨੂੰ ਦਾਨ ਦਵੋ। ਠੀਕ ਹੈ ਪੰਡਿਤ ਜੀ। ਤੇ ਇੱਕ ਸੂਰਜ ਨੂੰ ਜਲ ਦੇਣਾ। ਕਿਸ ਦਿਨ ਦੀ? ਰੋਜ਼ ਦਵੋ, ਐਤਵਾਰ ਛੱਡ ਕੇ। ਠੀਕ ਹੈ ਜੀ, ਠੀਕ ਹੈ ਜੀ।
ਐਤਵਾਰ ਵੀ ਨਹੀਂ ਛੱਡਣਾ, ਸੋਰੀ ਰੋਜ਼ ਹੀ ਦਵੋ ਬੇਸ਼ੱਕ, ਤੇ ਜਦੋਂ ਤੁਹਾਡਾ ਕੰਮ ਹੋ ਜੇ ਉਦੋਂ ਆ ਕੇ ਮੈਨੂੰ ਮਿਲਣਾ। ਠੀਕ ਹੈ ਜੀ, ਕਿਉਂਕਿ ਸਭ ਤੋਂ ਵੱਡੀ ਚੀਜ਼ ਇਹ ਹੈ ਕਿ ਆਪਾਂ ਸਾਰਾ ਕੁਛ ਜਨਾਨੀ ਤੇ ਨਹੀਂ ਸਿੱਟਣਾ। ਅੱਛਾ ਜੀ, ਵੀ ਤੂੰ ਕਮਾ ਤੇ ਸਾਨੂੰ ਖਵਾ। ਠੀਕ ਹੈ ਜੀ, ਕਿਉਂਕਿ ਤੁਹਾਡੀ ਕੁੰਡਲੀ ਇਹੋ ਜਿਹੀ ਹੋਈ ਹੈ ਕੁਛ। ਅੱਛਾ ਜੀ, ਤੁਹਾਨੂੰ ਦਲੇਰ ਕਰਨਾ ਕੰਮ ਵਾਸਤੇ। ਠੀਕ ਹੈ ਜੀ, ਤੇ ਸਰੀਰ ਤੁਹਾਡਾ ਸੈੱਟ ਕਰਨਾ। ਠੀਕ ਹੈ ਪੰਡਿਤ ਜੀ, ਜੈ ਸ਼੍ਰੀ ਰਾਮ। ਹੈਲੋ, ਜਿੰਨੇ ਭੈਣ ਭਰਾ ਸਾਡਾ ਪ੍ਰੋਗਰਾਮ ਸੁਣ ਰਹੇ ਆ, ਦੇਖ ਰਹੇ, ਮਿਲਣ ਦਾ ਸਮਾਂ ਅਸੀਂ ਤੁਹਾਨੂੰ ਰੋਜ਼ ਦੱਸ ਕੇ ਜਾਂਦੇ ਹਾਂ, ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ। ਜਿੰਨੇ ਭੈਣ ਭਰਾ ਸਾਡਾ ਪ੍ਰੋਗਰਾਮ ਸੁਣ ਰਹੇ ਆ, ਦੇਖ ਰਹੇ ਆ, ਰਾਤ ਨੂੰ ਵੀ ਪ੍ਰੋਗਰਾਮ ਤੋਂ ਬਾਅਦ ਫੋਨ ਉਹੀ ਬੰਦਾ ਲਾਓ ਸਾਨੂੰ ਜਿਹਨੇ ਆ ਕੇ ਸਾਨੂੰ ਮਿਲਣਾ। ਹੁਣ ਵੀ ਪ੍ਰੋਗਰਾਮ ਜਦੋਂ ਖਤਮ ਹੋ ਜੇ ਉਹੀ ਬੰਦੇ ਸਾਨੂੰ ਫੋਨ ਕਰੋ ਜਿਹਨਾਂ ਨੇ ਆ ਕੇ ਸਾਨੂੰ ਮਿਲਣਾ ਆ ਜਾਂ ਟਾਈਮ ਲੈਣਾ ਆ। ਅੱਜ ਸਾਡਾ ਪ੍ਰੋਗਰਾਮ ਸਮਾਪਤ ਹੋ ਰਿਹਾ, ਕੱਲ੍ਹ ਐਸੇ ਚੈਨਲ 'ਤੇ ਫਿਰ ਮਿਲਾਂਗੇ। ਜੈ ਸ਼੍ਰੀ ਰਾਮ।